ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਕੀ ਹਾਲ ਚਾਲ ਆ? ਕਿਵੇਂ ਫੂਸੇ 44 ਦਾ ਕੀ? ਦੇਖੋ, ਇਹ 26-27 ਨੂੰ ਲੱਗਿਆ ਹੋਇਆ ਵਾ, ਅਤੇ ਕੋਈ ਕੋਈ ਦੋਗੀ ਐਂ ਹਰੀ ਖੜੀ ਹੈ, ਵਿੱਚ ਹੈਗੀ ਆ, ਦਾਣੇ ਹਰੇ ਆ, ਵਿੱਚ ਵਿੱਚ ਇੱਦਾਂ ਪੀਲਾ ਹੋਇਆ ਪਿਆ ਜਾਵਾਂ। 26-27 ਦੇ ਇਹ ਲੱਗਿਆ, ਨੇੜੇ ਜੇ ਲੱਗਿਆ ਹੋਇਆ ਵਾ ਜੂਨ ਦੇ, ਅਤੇ ਦੋ ਹੀ ਸਪਰੇਆਂ ਕੀਤੀਆਂ ਆਪਾਂ ਇੱਥੇ, ਕੋਈ ਪਦਾਨ ਨਹੀਂ ਪਾਈ, ਪਾਣੀ ਬਸ ਰੋਕ ਰੋਕ ਕੇ ਲਾਏ ਆ। ਅਤੇ ਪਿਛਲੀ ਵਾਰ ਤਾਂ 4 ਸਪਰੇਆਂ ਹੋ ਗਈਆਂ ਸੀ ਪਰ ਬਹਿ ਗਿਆ ਸੀਗਾ, ਅਤੇ ਐਤਕੀ ਪਰਮਾਤਮਾ ਦੀ ਕਿਰਪਾ, ਐਤਕੀ ਜ਼ਿਆਦਾ ਕੋਈ ਬਿਮਾਰੀ ਨਹੀਂ ਆਈ, ਜ਼ਿਆਦਾ ਬਿਮਾਰੀ ਨਾ ਆਉਣ ਦੇ ਕਾਰਨ ਐਤਕੀ ਸਪਰੇਆਂ, ਇੱਕ ਇੱਕ ਸਪਰੇ ਬਚ ਗਈ ਆ ਸਾਰਿਆਂ ਦੀ, ਕਿਸਾਨਾਂ ਦੀ। ਮੈਂ ਤਾਂ ਹਿਸਾਬ ਲਾਇਆ ਵੀ ਚੰਗੀ ਸਪਰੇ ਪਾ ਲਓ ਬੰਦਾ, ਅਤੇ ਚੰਗੀਆਂ ਸਪਰੇਆਂ ਤਾਂ ਥੋੜ੍ਹੀਆਂ ਹੁੰਦੀਆਂ, ਜੇ ਮਾੜੀ ਆਪਾਂ ਕਰਦੇ ਹਾਂ ਤਾਂ ਫਿਰ ਮਾੜੀਆਂ ਸਪਰੇਆਂ ਵੀ ਵੱਧ ਹੋ ਜਾਂਦੀਆਂ ਵਾ, ਅਤੇ ਫਾਇਦਾ ਵੀ ਨਹੀਂ ਹੁੰਦਾ। ਵੇਖੋ ਕਿਵੇਂ ਕਿਵੇਂ ਲੱਗਦਾ ਤੁਹਾਨੂੰ। ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਵਧੀਆ ਲੱਗਿਆ ਫੂਸਾ 44 ਹੈ।